ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ। ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 519-622-0660 QTL, because we care. ਸ਼ਮਾਦਾਨ ਜੀ ਸ਼੍ਰੋਤਿਓ, ਰੇਡੀਓ ਪੰਜਾਬ ਟੂਡੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚੱਲ ਰਿਹਾ ਹੈ ਸ਼ਮਾਦਾਨ, ਅਤੇ ਮੈਂ ਤੁਹਾਡੇ ਨਾਲ ਹਰਮੇਲਪ੍ਰੀਤ। ਸ਼ਮਾਦਾਨ ਦੇ ਵਿੱਚ ਸਾਡੇ ਨਾਲ ਨੇ ਜੀ ਬਖਤੌਰ ਸਿੰਘ ਢਿੱਲੋਂ। ਢਿੱਲੋਂ ਸਾਹਿਬ ਜੀ, ਆਇਆਂ ਨੂੰ ਜੀ ਧੰਨਵਾਦ ਜੀ, ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਇਸ ਵੇਲੇ ਪੰਜਾਬ ਦੇ ਵਿੱਚ ਵੇਖੀਏ ਤਾਂ ਬਹੁਤ ਸਾਰੇ ਲੋਕ ਆਪਣੇ ਹੱਕਾਂ ਲਈ ਜੂਝ ਰਹੇ ਨੇ, ਧਰਨੇ ਪ੍ਰਦਰਸ਼ਨਾਂ ਦਾ ਦੌਰ ਅਸੀਂ ਕਹਿ ਸਕਦੇ ਹਾਂ ਕਿ ਪਟਿਆਲਾ ਸ਼ਾਹੀ ਸ਼ਹਿਰ ਤੋਂ ਲੈ ਕੇ ਹੇਠਲੇ ਸ਼ਹਿਰਾਂ ਤੱਕ ਲਗਾਤਾਰ ਹੈ, ਘਰਾਓ ਹੋ ਰਹੇ ਨੇ, ਸਭ ਕੁਛ ਹੋ ਰਿਹਾ। ਨਵਾਂ ਸ਼ਹਿਰ 'ਚ ਕਹਿੰਦੇ ਇੱਕ ਵਿਧਾਇਕ ਨੂੰ ਹੀ ਧਰਨੇ 'ਤੇ ਬੈਠਣਾ ਪੈ ਗਿਆ। ਚਲੋ ਵਿਧਾਇਕ ਵੀ ਧਰਨੇ 'ਤੇ ਬੈਠ ਹੀ ਜਾਂਦੇ ਨੇ, ਪਰ ਇਹ ਵਿਧਾਇਕ ਤਾਂ ਪਰਿਵਾਰ ਸਮੇਤ ਬੈਠਾ, ਐਸੀ ਕੀ ਨੌਬਤ ਆ ਗਈ ਸੀ? ਇਹ ਅਸਲ ਦੇ ਵਿੱਚ ਨਵਾਂ ਸ਼ਹਿਰ ਨਹੀਂ ਜੀ, ਜੀ ਨਵਾਂ ਸ਼ਹਿਰ ਦਾ ਵਿਧਾਇਕ ਹੈ, ਬੈਠਣਾ ਪਿਆ ਇਹਨੂੰ ਅੰਮ੍ਰਿਤਸਰ ਜੀ। ਕਾਰਨ ਇਹ ਹੈ ਕਿ ਇਹਨਾਂ ਦੀ ਇੱਕ ਘਰੇਲੂ ਲੜਾਈ ਚੱਲਦੀ ਹੈ। ਉੱਥੇ ਇੱਕ ਟਰਾਂਸਪੋਰਟ ਕੰਪਨੀ ਹੈ, ਦੀ ਰੋਹਤਕ ਜ਼ਿਲ੍ਹਾ ਟਰਾਂਸਪੋਰਟ ਕੰਪਨੀ ਜੀ। ਉਹ ਇਹ ਜਿਹੜਾ ਰੋਹਤਕ ਵਾਲਾ ਆਪਣਾ ਜਿਹੜਾ ਆਪਣਾ ਨਵਾਂ ਸ਼ਹਿਰ ਸ਼ਹਿਰ ਵਾਲਾ MLA ਹੈ, ਇਸ MLA ਦਾ ਨਾਂ ਹੈਗਾ ਜੀ ਅੰਗਦ ਸਿੰਘ ਸੈਣੀ, ਤੇ ਇਹ ਦਿਲਬਾਗ ਸਿੰਘ ਦਾ ਪੁੱਤਰ ਹੈ, ਜਿਹੜਾ ਦਿਲਬਾਗ ਸਿੰਘ ਕਿਸੇ ਵੇਲੇ ਮੰਤਰੀ ਹੁੰਦਾ ਸੀ, ਬੜਾ ਤਕੜਾ ਮੰਤਰੀ ਸੀ ਜੀ। ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਦੀ ਆਪਦੇ ਚਾਚੇ ਨਾਲ ਝਗੜਾ, ਤੇ ਉਹ ਕੱਲ ਕੋਆਪਰੇਟਿਵ ਸੋਸਾਇਟੀ ਦੀ ਅਸੀਂ ਚੋਣ ਹੋ ਰਹੀ ਸੀ। ਉਸ ਚੋਣ ਦੇ ਉੱਤੇ ਇਹਦੇ ਗਿਆ ਸੀ, ਨਾਲੇ ਇਹਦਾ ਪਰਿਵਾਰ ਵੀ ਗਿਆ ਸੀ, ਇਹਨਾਂ ਦੇ ਬੱਚੇ ਗਏ ਸੀ, ਇਹਦੀਆਂ ਭੈਣਾਂ ਗਈਆਂ ਸੀ ਜੀ। ਉੱਥੇ ਕਹਿੰਦੇ ਜੀ ਇਹ ਦੂਜੀ ਧਿਰ ਨੇ ਇਹਨਾਂ ਦੇ ਡਿੰਪਾਇੰਟ ਕੰਪਨੀ, ਉਹਨਾਂ ਨੇ ਇਹਨਾਂ ਦੇ ਉੱਤੇ ਆ ਕੇ ਮਤਮੁਖੀ ਕੀਤੀ, ਧੱਕਾਮੁਖੀ ਕਰਤਾ, ਔਰ ਉਸ ਧੱਕਾਮੁਖੀ ਕਰਨ ਦਾ ਨਤੀਜਾ ਇਹ ਹੋਇਆ ਕਿ ਇਹ ਇਹਨਾਂ ਨੂੰ ਵਿਚਾਰਿਆਂ ਨੂੰ ਫਿਰ ਧਰਨਾ ਮਾਰਨਾ ਪੈ ਗਿਆ, MLA ਨੂੰ ਧਰਨਾ ਮਾਰਨਾ ਪਿਆ, MLA ਨੂੰ ਧਰਨਾ ਮਾਰਨਾ ਪਿਆ। ਇਹ ਆਪਣੇ ਆਪ ਦੇ ਵਿੱਚ ਦੱਸਦਾ ਵੀ ਪੰਜਾਬ ਦਾ ਵਾਤਾਵਰਨ ਕਿਹੋ ਜਿਹਾ ਜੀ।